ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕਈ ਤਰ੍ਹਾਂ ਦੇ ਦਸਤਾਵੇਜ਼, ਹੱਥ ਕੜੀਆਂ ਅਤੇ ਹੰਟਰ ਵਿਖਾ ਰਹੀ ਇਸ ਔਰਤ ਦਾ ਨਾਮ ਮਨਦੀਪ ਕੌਰ ਹੈ, ਜੋ ਕਿ ਤਰਨ ਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਹਿਲੇ ਪਤੀ ਨਾਲ ਉਸਦਾ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਕਾਰਜ ਸਿੰਘ ਨਾਂ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾਇਆ, ਜਿਸਨੇ ਵਿਆਹ ਤੋਂ ਬਾਅਦ ਹੀ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਤਸ਼ੱਦਦ ਢਾਈ। ਪੀੜਤਾ ਨੇ ਦੱਸਿਆ ਕਿ ਉਸਨੂੰ ਹੱਥ ਕੜੀਆਂ ਨਾਲ ਬੰਨ ਕੇ ਹੰਟਰ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਅਤੇ ਸਾਰਾ ਸਮਾਨ ਉਸਨੂੰ ਇੱਕ ਐਸੇ ਚੁੰਨੇ ਮੁਹੱਈਆ ਕਰਵਾਇਆ ਗਿਆ ਜੋ ਕਿ ਖੁਦ ਕਤਲ ਦੇ ਕੇਸ 'ਚ ਸਜ਼ਾ ਯਾਫਤਾ ਹੈ। ਇਨ੍ਹਾਂ ਨਹੀਂ, ਪੀੜਤ ਨੇ ਵੀ ਦਾਅਵਾ ਕੀਤਾ ਕਿ ਉਸਦਾ ਪਤੀ ਵੱਡੇ ਪੱਧਰ 'ਤੇ ਗੱਡੀਆਂ ਚੋਰੀ ਕਰਕੇ ਭੋਪਾਲ ਅਤੇ ਫਿਰ ਨੰਬਰ ਪਲੇਟ ਬਦਲ ਕੇ ਉਸਨੂੰ ਪੰਜਾਬ ਆ ਕੇ ਵੇਚਣ ਦਾ ਗੋਰਖ ਧੰਦਾ ਕਰਦਾ। ਇਸ ਸੰਬੰਧੀ ਪੀੜਤਾ ਨੇ ਪੂਰੇ ਸਬੂਤ ਵੀ ਮੀਡੀਆ ਸਾਹਮਣੇ ਰੱਖੇ। ਪੀੜਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਜਾਨ ਬਚਾ ਕੇ ਲੁਧਿਆਣਾ ਆਈ ਤਾਂ ਉਸਤੇ ਚੋਰੀ ਦਾ ਪਰਚਾ ਦਰਜ ਕਰਵਾਇਆ ਤੇ ਜਿਸ ਨੂੰ ਪੁਲਿਸ ਚੁੱਕ ਕੇ ਲੈ ਗਈ, ਜਿਸ ਦੌਰਾਨ ਉਸਦੀ ਕਾਫੀ ਖਿੱਚਤੂਕ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ ਗਏ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤਾ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ DGP ਪੰਜਾਬ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਣ ਦੀ ਗੱਲ ਕੀਤੀ ਹੈ। ਸਰ, ਮੇਰੇ ਹਸਬੈਂਡ ਜਿਹੜੇ ਮੇਰੇ ਨਾਲ ਬਹੁਤ ਸੱਦਦ ਕਰਦੇ ਆ, ਮੈਨੂੰ ਬਹੁਤ ਕੁੱਟਦੇ ਮਾਰਦੇ। 6 ਸਾਲ ਤੋਂ ਮੈਂ ਉਹਨਾਂ ਦੇ ਨਾਲ ਰਹਿਣ ਡਈ ਹਾਂ। ਕੋਈ ਮੇਰੀ ਪਿੱਛੇ ਹੈਲਪ ਕਰਨ ਵਾਲਾ ਨਹੀਂ ਹੈਗਾ, ਉਸ ਚੀਜ਼ ਦਾ ਬਹੁਤ ਫਾਇਦਾ ਉਠਾਉਂਦਾ। ਸਭ ਤੋਂ ਵੱਡਾ ਚੀਜ਼ ਉਹਨੇ ਮੇਰੇ ਨਾਲ ਕੀਤੀ, ਮੇਰੇ ਨਾਲ ਵਿਆਹ ਕਰਵਾ ਕੇ ਮੇਰਾ ਰਜਿਸਟਰਡ ਕਿਸੇ ਹੋਰ ਬੰਦੇ ਬਈਏ ਨਾਲ ਕਰਵਾ ਦਿੱਤਾ। ਦੂਜਾ ਨੰਬਰ 2, ਮੈਨੂੰ ਆਹ ਹੱਥ ਘੜੀਆਂ ਲਾ ਕੇ ਕੁੱਟਦਾ ਮਾਰਦਾ ਬਹੁਤ ਜ਼ਿਆਦਾ, ਲੱਤਾਂ ਬਾਹਾਂ ਬੰਨ ਕੇ ਆਹ ਛਾਂਟੇ ਨਾਲ ਕੁੱਟਦਾ ਮਾਰਦਾ। ਫਿਰ ਸਰ, ਮੈਨੂੰ ਆ ਉਹਦੇ ਡਾਕੂਮੈਂਟਸ ਆ, ਇੱਕ ਬੰਦੇ ਦੇ 5-5, 6-6 ਡਾਕੂਮੈਂਟਸ ਆ, ਆਹ ਉਹਦੇ ID ਪਰੂਫ, ਆਹ ਉਹਦੇ ਪੈਨ ਕਾਰਡ ਵਗੈਰਾ, ਨਾਲ ਹੀ ਉਹਦੇ ਇਹ ਬੇਟੇ ਦੇ ਜੋਬਨਪ੍ਰੀਤ ਸਿੰਘ ਰੀਅਲ ਨਾਮ ਆ, ਜੋ ਦੁਗਲੀ ਕਾਰਡ ਨਾਮ ਬਣੇ ਆ ਉਹ ਜਸਪ੍ਰੀਤ ਸਿੰਘ ਦੇ ਨਾਂ 'ਤੇ, ਔਰ ਕਾਰਜ ਸਿੰਘ ਜੋ ਮੇਰੇ ਹਸਬੈਂਡ ਆ ਉਹਨਾਂ ਦਾ ਨਾਮ ਹੈਗਾ ਰੀਅਲ ਕਾਰਜ ਸਿੰਘ, ਸਨ ਆਫ ਮਲੂਕ ਸਿੰਘ, ਪਰ ਉਹ ਕਦੀ ਯੂਸ ਕਰਦੇ ਕਾਰਜ ਸਿੰਘ ਸਨ ਆਫ ਕੁੰਦਨ ਸਿੰਘ, ਅਤੇ ਕਿਤੇ ਉਹ ਯੂਸ ਕਰਦੇ ਆ ਸਰਦਾਰ ਹਰਚਰਨ ਸਿੰਘ ਸਨ ਆਫ ਲਖਵਿੰਦਰ ਸਿੰਘ, ਕਿਤੇ ਉਹ ਯੂਸ ਕਰਦੇ ਆ ਕਰਨਵੀਰ ਸਿੰਘ ਸਨ ਆਫ ਤੇਜਾ ਸਿੰਘ। ਮਾਰਦੇ ਕੁੱਟਦੇ ਸਰ ਉਹ ਘਰ 'ਚ ਕੋਈ ਨਾ ਕੋਈ ਜੇ ਛੋਟੀ ਮੋਟੀ ਗੱਲ ਹੋ ਗਈ ਉਹਨੂੰ ਬਹਿ ਕੇ ਸੋਲਵ ਨਹੀਂ ਕਰਨਾ, ਉਹਨੂੰ ਕੁੱਟਣ ਲੱਗ ਪੈਣਾ। ਜੇ ਆਪਣੇ ਮੁੰਡੇ ਆ ਉਹਦੇ ਨਹੀਂ ਪੜ੍ਹੇ ਸਕੂਲ ਦੇ ਨਹੀਂ ਜਾਂਦੇ ਜਾਂ ਕੁਛ ਵੀ ਆ, ਇੱਕ ਮਾਂ ਦਾ ਫਰਜ਼ ਬਣਦਾ ਕਿ 4 ਬੱਚੇ ਮੇਰੇ ਵਾਸਤੇ ਉਹ ਇੱਕੋ ਜਿਹੇ ਆ, ਉਹਨਾਂ ਨੂੰ ਇੱਕੇ ਥਾਂ ਰੱਖਣਾ। ਉਹਨਾਂ ਨੂੰ ਇਹ ਗੱਲ ਕਹਿਣੀ ਕਿ ਤੂੰ ਮੇਰੇ ਬੱਚਿਆਂ ਨੂੰ ਨਹੀਂ ਕੁਛ ਕਹਿਣਾ, ਨਾ ਉਹਨਾਂ ਬੱਚਿਆਂ ਦੀ ਸੁਣਨੀ ਆ ਨਾ ਮੇਰੀ ਸੁਣਨੀ ਆ, ਉਹਨਾਂ ਦੀ ਬੱਚਿਆਂ ਦੇ ਹੱਕ 'ਚ ਬੋਲਣਾ। ਉੱਧਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਦੱਸਿਆ ਕਿ ਕਿਵੇਂ ਪੀੜਤਾ ਉਹਨਾਂ ਦੇ ਕੋਲ ਲੁਕਦੇ ਲੁਕਾਉਂਦੇ ਪਹੁੰਚੀ ਅਤੇ ਮਦਦ ਦੀ ਗੁਹਾਰ ਲਈ, ਜਿਸ ਤੋਂ ਬਾਅਦ ਉਹਨਾਂ ਨੇ ਪੀੜਤਾ ਦੀ ਮਦਦ ਕੀਤੀ। ਸਿਮਰਜੀਤ ਬੈਂਸ ਨੇ ਦੱਸਿਆ ਕਿ ਇਹ ਪੂਰਾ ਅੰਤਰਰਾਜੀ ਗਰੋਹ ਹੈ ਜੋ ਇਸ ਗੋਰਖ ਧੰਦੇ 'ਚ ਲੱਗਿਆ ਹੋਇਆ ਹੈ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਇਸ 'ਚ ਸ਼ਾਮਿਲ ਨੇ, ਜਿਨ੍ਹਾਂ ਦੀ ਜਾਂਚ ਹੋਣੀ ਜ਼ਰੂਰੀ ਹੈ। ਬੈਂਸ ਨੇ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਸਜ਼ਾ ਦਿਵਾ ਕੇ ਹੀ ਰਹਿਣਗੇ। ਇਹ ਕੁੜੀ ਜਿਹਦੇ ਤੁਸੀਂ ਹੁਣੇ ਸਾਰਾ ਦੁੱਖ ਦੀ ਵਿਦਿਆ ਸੁਣੀ, ਇਹਦਾ ਨਾਮ ਮਨਦੀਪ ਕੌਰ ਆ ਅਤੇ ਇਹਨੂੰ ਇਹਦੇ ਸੈਕਿੰਡ ਪਤੀ, ਪਹਿਲੇ ਪਤੀ ਨਾਲ ਤਲਾਕ ਹੋ ਗਿਆ, ਪਹਿਲੇ ਪਤੀ 'ਚੋਂ 2 ਛੋਟੀ ਛੋਟੀਆਂ ਬੱਚੀਆਂ ਨੇ ਇਹਦੀਆਂ, ਅਤੇ ਇਹਨੂੰ ਸੈਕਿੰਡ ਪਤੀ ਜਿਹੜਾ ਕ੍ਰਿਮੀਨਲ ਆ, ਜਿਹਦੀ ਮੈਂਟੈਲਿਟੀ ਬਹੁਤ ਵੱਡੀ ਪੱਧਰ 'ਤੇ ਕ੍ਰਾਈਮ ਕਰਕੇ, ਉਹ ਬੰਦਾ ਜਿਹਦੇ ਕੋਲ 5 ਪੈਨ ਕਾਰਡ, 6 ਉਹਦੇ ਕੋਲ ਵੋਟਰ ਕਾਰਡ ਅਤੇ 4 ਆਧਾਰ ਕਾਰਡ, ਮਤਲਬ ਕਿ ਇੱਕ ਬਹੁਤ ਵੱਡਾ ਕ੍ਰਿਮੀਨਲ ਮਾਈਂਡ ਬੰਦਾ, ਅਤੇ ਉਹ ਗੱਡੀਆਂ ਪੰਜਾਬ ਤੋਂ ਚੋਰੀ ਕਰਕੇ ਭੋਪਾਲ ਲੈ ਜਾਂਦਾ, ਉੱਥੇ ਚੈਸੀ ਨੰਬਰ ਇੰਜਨ ਨੰਬਰ ਚੇਂਜ ਕਰਕੇ ਵੇਚ ਦਿੰਦਾ, ਕਿਉਂਕਿ ਉਹਨੇ ਵੱਖ ਵੱਖ ਨਾਮ, ਇੱਕੋ ਬੰਦੇ ਦੇ ਵੱਖ ਵੱਖ ਨਾਵਾਂ ਦੇ ਉੱਤੇ ਆਪਣੇ ਆਈ ਕਾਰਡ ਬਣਾਏ ਹੋਏ ਆ, ਭੋਪਾਲ ਤੋਂ ਗੱਡੀਆਂ ਚੋਰੀ ਕਰਕੇ ਅਤੇ ਉਹ ਪੰਜਾਬ ਦੇ ਵਿੱਚ ਵੇਚਦਾ। ਆਹ ਇੱਕ ਕੁੜੀ ਨੇ ਅੰਮ੍ਰਿਤਸਰ ਦੇ ਪੁਲਿਸ ਇੰਸਪੈਕਟਰ ਦੀ ਫੋਟੋ ਦਿਖਾ ਰਹੀ ਹੈ, ਨਾਂ ਕੀ ਹੈ ਕੁੜੀ ਇਹਦਾ, ਹੈਂ, ਬਲਜੀਤ ਸਿੰਘ ਇਹਦਾ ਨਾਮ ਹੈ। ਇਹਨੂੰ ਉੱਥੋਂ ਤਾਜ਼ੀ ਤਾਜ਼ੀ ਨੋਵਾ ਚੋਰੀ ਕਰਕੇ ਇਸ ਇੰਸਪੈਕਟਰ ਨੂੰ ਦਿੱਤੀ ਹੈ, ਅਤੇ ਬੰਦੇ ਦੇ ਪੰਜਾਬ ਪੁਲਿਸ ਦੇ ਨਾਲ ਸੰਬੰਧ ਦੇਖੋ ਕੈਸੇ ਆ। ਇਸ ਕੁੜੀ ਨੂੰ 1 ਮਹੀਨਾ 10 ਦਿਨ ਹੋ ਗਏ ਲੁਧਿਆਣੇ ਆਈ ਹੋਈ ਨੂੰ। ਇਹਨੂੰ ਕਿਹੜੀ ਗੱਡੀ ਦਿੱਤੀ? ਇੱਕ ਇਹ ਵੀ ਪੁਲਿਸ ਦਾ ਹਵਲਦਾਰ ਆ, ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ, ਇਹਨੂੰ ਇੱਕ ਨੋਵਾ ਗੱਡੀ ਚੋਰੀ ਕਰਕੇ ਦੂਸਰੀ ਇਹਨੂੰ ਵੇਚੀ, ਤਾਜ਼ੀਆਂ ਗੱਡੀਆਂ ਜਿਹੜੀਆਂ ਵੇਚੀਆਂ ਉਹਨੇ ਉੱਧਰੋਂ ਚੋਰੀ ਕਰਕੇ ਪੰਜਾਬ ਦੇ ਵਿੱਚ, ਪੰਜਾਬ ਤੋਂ ਚੋਰੀ ਕਰਕੇ ਭੋਪਾਲ ਦੇ ਵਿੱਚ। ਸੋ ਕੱਲ੍ਹ ਇੱਕ, ਕਿਉਂਕਿ ਉਹਦਾ ਪੁਲਿਸ ਦੇ ਵਿੱਚ ਬੜਾ ਡੂੰਘਾ ਸੰਬੰਧ ਆ, ਚੋਰੀ ਦੀਆਂ ਗੱਡੀਆਂ ਦਾ ਆਦਾਨ ਪ੍ਰਦਾਨ ਪੰਜਾਬ ਤੋਂ ਭੋਪਾਲ, ਭੋਪਾਲ ਤੋਂ ਪੰਜਾਬ ਹੋ ਰਿਹਾ,
चोरी का मुकदमा दर्ज कराया तरन तारण जिले के अंदर आते थाना चोला साहब तो पुलिस इस कुड़ी सीसीटीवी की फुटेज दिखाई है जिमें एक बहुत वड्डे किसी हार्डकोर क्रिमिनल नूं फड़ के ले जाना हुंदा कपड़े पाड़दे हुए इहनूं लै के फड़ के। लुधियाणा तो सुरिंदर सोनी की रिपोर्ट। तुसीं देख रहे हो सांझ टीवी न्यूज़ पोर्टल।